ਬਾਹਰ ਜਾਣ ਦਾ ਪੰਜਾਬੀਆਂ ਨੂੰ ਇੰਨਾ ਕਰੇਜ਼ ਹੈ ਕਿ ਉਹ ਕਰਜ਼ਾ ਚੁੱਕ ਕੇ ਵੀ ਵਿਦੇਸ਼ ਜਾਣ ਵਾਸਤੇ ਤਿਆਰ ਹੋ ਜਾਂਦੇ ਨੇ। ਲੇਕਿਨ ਫਿਰੋਜ਼ਪੁਰ ਵਿੱਚ ਪਤਨੀ ਵੱਲੋਂ ਦੁਬਈ ਤੋਂ ਆਏ ਪਤੀ ਦਾ ਪਾਸਪੋਰਟ ਹੀ ਪਾੜ ਦਿੱਤਾ ਤਾਂ ਜੋ ਉਸਦਾ ਪਤੀ ਵਿਦੇਸ਼ ਨਾ ਜਾ ਸਕੇ। ਦੁਬਈ 1 ਸਾਲ ਲਗਾ ਕੇ ਉਸਦਾ ਪਤੀ ਇੰਡੀਆ ਛੁੱਟੀ ਆਇਆ ਸੀ ਅਤੇ ਹੁਣ 4 ਲੱਖ ਲਗਾ ਕੇ ਆਪਣੇ ਪੁੱਤ ਨੂੰ ਨਿਊਜ਼ੀਲੈਂਡ ਦਾ ਵੀਜ਼ਾ ਲਗਵਾ ਕੇ ਦਿੱਤਾ ਸੀ। ਘਰ ਵਿੱਚ ਉਸਦੀ ਪਤਨੀ ਵੱਲੋਂ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਝਗੜੇ ਦੌਰਾਨ ਪਤਨੀ ਵੱਲੋਂ ਪਾਸਪੋਰਟ ਪਾੜ ਦਿੱਤਾ। ਇਸ ਬਾਰੇ ਪਤਨੀ ਦਾ ਕਹਿਣਾ ਹੈ ਕਿ ਉਹ ਨਹੀਂ ਚਾਹੁੰਦੀ ਕਿ ਉਸਦਾ ਪਤੀ ਹੁਣ ਦੁਬਾਰਾ ਵਿਦੇਸ਼ ਜਾਵੇ। ਉਸਦਾ ਇਕੱਲਿਆ ਘਰ ਵਿੱਚ ਦਿਲ ਨਹੀਂ ਲੱਗਦਾ ਅਤੇ ਮੈਂ ਚਾਹੁੰਦੀ ਹਾਂ ਕਿ ਮੇਰਾ ਪਤੀ ਮੇਰੇ ਨਾਲ ਰਹੇ। ਲੇਕਿਨ ਪਤੀ ਦਾ ਕਹਿਣਾ ਹੈ ਕਿ ਮੇਰੀ ਪਤਨੀ ਖਿਲਾਫ ਪੁਲਿਸ ਪ੍ਰਸ਼ਾਸਨ ਕਾਰਵਾਈ ਕਰੇ। ਮਨੀਸ਼ਾ ਜੀ, ਮੇਰਾ ਮੁੰਡਾ ਡੈਡੀਆਂ ਦਾ ਸਿਰ ਤੇ ਨੀ ਹੈਗਾ। ਮੈਂ ਕੰਮ ਕਾਰ ਕਰਕੇ ਪਹਿਲਾਂ 2 ਲੱਖ ਲਾ ਕੇ ਦੁਬਈ ਭੇਜਿਆ, ਉੱਥੋਂ ਆਇਆ 26 ਤਰੀਕ ਨੂੰ ਜੀ, ਤੇ ਹੁਣ ਇਹਦੀ 10ਵੇਂ ਮਹੀਨੇ ਟਿਕਟ ਸੀ। ਮੈਂ 4 ਲੱਖ ਭਰਿਆ, 2 ਤਰੀਕ ਦੇ ਵੀ ਜਾਣਾ ਸੀ ਤੇ ਘਰ ਦੇ ਲੜਦੇ ਤਾਂ ਪਾਸਪੋਰਟ ਸਾਰਾ ਕੁਛ ਪਾੜ ਤਾ। ਦੱਸੋ, ਮੈਂ ਐਡੀ ਮੁਸ਼ਕਲ ਨਾਲ ਪੈਸੇ ਭਰੇ ਕਰਜ਼ਾ ਚੱਕ ਚੱਕ ਕੇ। ਹਾਂਜੀ, ਦੁਬਈ ਤੋਂ ਆਏ, 10 ਦਿਨ ਹੋਏ ਨੇ ਆਏ ਨੂੰ। ਨਿਊਜ਼ੀਲੈਂਡ ਦਾ ਅਗਲੇ ਦਾ ਨਿਊਜ਼ੀਲੈਂਡ ਦਾ ਮੈਨੂੰ ਨਹੀਂ ਆਉਂਦਾ। ਹਾਂਜੀ ਹਾਂਜੀ, ਤੇ ਘਰ ਦੀ ਨੇ ਕਰਤਾ ਸਾਰਾ ਕੁਛ, ਹੁਣ ਕੀ ਕਾਰਵਾਈ ਕੀਤੀ ਜਾਵੇ? ਸਾਰਾ ਕੁਛ ਪਾੜਤਾ। ਉਹ ਕਹਿੰਦੇ ਇੱਥੇ ਕਮਾ, ਮੈਨੂੰ ਇੱਥੇ ਮੁੱਠਾ ਕੰਮ ਕਰ, ਕੀ ਕਰੇ? 2 ਨੰਬਰ ਦਾ ਕਰੇ ਇੱਥੇ ਕੰਮ, ਇੱਥੇ ਨਸ਼ਾ ਨੀਗਾ, ਮੈਂ ਨਹੀਂ ਅਜੇ ਬੱਚੇ ਨੀ ਰੱਖਣਾ ਨਸ਼ੇ। ਹਾਂਜੀ, ਅੱਗੇ ਮੈਂ 2 ਲੱਖ ਲਾ ਕੇ ਭੇਜਿਆ ਕਰਜ਼ਾ ਚੱਕ ਕੇ, ਨਸ਼ੇ ਕਰਕੇ ਭੇਜਿਆ ਮੈਂ, ਕਿਉਂਕਿ ਇੱਥੇ ਮੈਂ ਨਸ਼ੇ ਚ ਰੱਖਾ ਉਹਦੇ ਪੁੱਤਰ ਨੂੰ। ਇੱਥੇ ਨਸ਼ਾ ਇੱਕੋ ਮੁੰਡਾ ਹੈ, ਡੈਡੀ ਨਹੀਂ ਹੁੰਦਾ ਹੈਗਾ, 10 ਸਾਲ ਹੋ ਗਏ ਪੂਰੇ ਹੋਏ ਨੇ। ਮੈਂ ਭੇਜਿਆ ਮਿਹਨਤ ਕਰਕੇ, 4 ਲੱਖ ਹੁਣ ਲਾਇਆ। 10ਵੇਂ ਮਹੀਨੇ 2 ਤਰੀਕ ਨੂੰ ਫਲੈਟ ਸੀ, ਦੇਖੋ ਇਹਦੀ ਕਾਰਵਾਈ ਕੀਤੀ ਜਾਵੇ। ਮੇਰਾ ਨਾਮ ਸਾਹਿਲ ਹੈ, ਸੋਢੀ ਨਗਰ ਦਾ। ਗੱਲਬਾਤ ਕੀ? ਬਸ ਮੈਂ ਅਗਲੇ ਮਹੀਨੇ ਜਾਣਾ ਸੀ, 2 ਤਰੀਕ ਨੂੰ ਪੈਸੇ ਭਰੇ ਸੀ, ਸਾਰਾ ਕੁਛ ਖਰਾਬ ਹੋ ਗਿਆ ਸਭ ਕੁਛ। ਮੈਂ ਜਾਣਾ ਸੀ ਨਿਊਜ਼ੀਲੈਂਡ। ਪਹਿਲਾਂ ਦੁਬਈ ਤੋਂ ਆਇਆ ਸੀ ਮੈਂ, ਉੱਥੇ ਲਾ ਗਿਆ, ਉੱਥੇ ਲਾ ਗਿਆ 1.5 ਸਾਲ। ਹਾਂਜੀ ਹਾਂਜੀ ਹਾਂਜੀ, ਗੱਲਬਾਤ ਕੀ? ਘਰੇ ਲੜਾਈ, ਇਹਨੇ ਪਾਸਪੋਰਟ ਪਾੜ ਦਿੰਦੀ, ਮੈਂ ਨਹੀਂ ਜਾਣ ਦੇਣਾ। ਤੇ ਮੇਰੀ ਬਸ ਇਹੋ ਹੀ ਹੈ ਕਿ ਬਸ ਮੇਰੀ ਕਾਰਵਾਈ ਜੋ ਬਣਦੀ ਬਸ ਕਰਨਾ। ਪਾਸਪੋਰਟ ਬਹੁਤ ਮੁਸ਼ਕਿਲ ਨਾਲ ਬਣਿਆ, ਬਹੁਤ ਜ਼ਿਆਦਾ ਮੁਸ਼ਕਿਲ ਨਾਲ ਪਾਸਪੋਰਟ ਬਣਿਆ, ਬਹੁਤ ਜ਼ਿਆਦਾ। ਕਰਨ ਕੀ? ਮੈਂ ਕਿਹਾ ਵੀ ਨਹੀਂ ਸਾਹਿਲ ਜਾਣ, 1.5 ਸਾਲ ਅੱਗੇ ਲਾਇਆ ਅਸੀਂ ਮਾਵਾਂ ਧੀਆਂ, ਕਦੀ ਆਪਦੇ ਮਾਪਿਆਂ ਤੇ ਕਦੀ ਇੱਥੇ, ਕਦੀ ਮਾਪਿਆਂ ਤੇ ਕਦੀ ਇੱਥੇ। ਸੱਸ ਮੇਰੀ ਕਿਹੜਾ ਘਰੇ ਰਹਿੰਦੀ, ਇਹ ਆਏ ਕਦੇ ਕਦੀ ਸ਼ਹਿਰ ਕਦੀ ਕਿੱਥੇ, ਅਸੀਂ ਦੋਵੇਂ ਮਾਵਾਂ ਧੀਆਂ ਘਰੇ। ਹਾਂਜੀ ਮੈਂ ਪਾੜਿਆ, ਮੈਂ ਝੂਠ ਨੀ ਬੋਲਦੀ। ਇੱਥੇ ਰਹਿੰਦਾ ਸੀਗਾ, ਚੱਲ ਮੇਰਾ ਮਾਮਾ ਨਹੀਂ ਹੈਗਾ, ਪੈਸਾ ਅੰਕਲ ਹੈਗਾ, ਅੰਕਲ ਪਾਉਂਦਾ ਹੈ ਪੈਸਾ, ਤੇਲਾ ਮਹੀਨੇ ਬਾਅਦ ਪਾਉਂਦਾ, 50,000 ਪਾਤਾ, 40 ਪਾਤਾ, ਇਹ ਵੀ ਤਾਂ ਕਮਾਉਂਦਾ ਹੀ ਏ, ਇੱਥੇ ਵੀ ਕਮਾਉਂਦਾ ਸੀ, ਤੇ ਕੀ ਹੁਣ ਨੀ ਕਮਾਇਆ ਜਾਂਦਾ, ਕਮਾ ਸਕਦਾ? ਇੱਥੇ ਚਿੱਟਾ ਕਿਹੜਾ ਹੈ, ਸਾਨੂੰ ਕੋਈ ਵੇਖਦਾ ਨੀ, ਚਿੱਟਾ ਇੱਥੇ ਕਿਹੜਾ ਹੈਗਾ। ਗੱਲ ਕੋਈ ਨੀ ਹੋਈ, ਬਸ ਮੈਂ ਕਿਹਾ ਵੀ ਸਾਹਿਲ ਨਹੀਂ ਜਾਣਾ, ਫਿਰ ਮੈਂ ਗੁੱਸੇ ਚ ਇਹੀ ਪੜਨ ਮੇਰੇ ਗੱਲ ਪਿਆ, ਪੇੜਾ ਮਾਰੀਆਂ ਮੇਰੇ। ਸੋਫੀਆ ਅਮਨ ਵਾਲਮੀਕਨ, ਫਿਰੋਜ਼ਪੁਰ ਨਿਜ਼ਾਮਦੀਨ ਬਸਤੀ ਬਲਾਕ ਪ੍ਰਧਾਨ। ਆ ਮੁੰਡੇ ਨੂੰ ਲੈ ਕੇ ਆਇਆ ਸੀ ਜੀ, ਮੈਂ ਇਹਦਾ ਮਾਮਾ, ਮੁੰਡੇ ਨੂੰ ਲੈ ਕੇ ਆਇਆ ਸੀ ਮੈਂ 26 ਤਰੀਕ ਨੂੰ ਅੰਮ੍ਰਿਤਸਰ ਏਅਰਪੋਰਟ ਤੋਂ, ਦੁਬਈ ਤੋਂ ਆਇਆ ਸੀ 1.5 ਸਾਲ ਲਾ ਕੇ। ਹੁਣ ਇਹਦੀ ਨਿਊਜ਼ੀਲੈਂਡ ਦੀ ਫਲਾਈਟ ਸੀ ਅਗਲੇ ਮਹੀਨੇ 10ਵੇਂ ਮਹੀਨੇ 2 ਤਰੀਕ ਦੀ।
ਤੇ ਪਾਸਪੋਰਟ ਦੇ ਟੋਟੇ ਟੋਟੇ ਤਾਂ ਉਹਨੂੰ ਹੋ ਗਏ, ਹੁਣ ਤਾਂ ਫਲਾਈਟ ਤਾਂ ਕਿੱਥੇ ਜਾਊਗਾ, ਇੱਥੇ ਹੀ ਰਹਿਣਾ ਪਊਗਾ। ਤੇ ਜੇ ਮੈਨੂੰ ਸਮਝ ਨਹੀਂ ਆਉਂਦੀ ਅੱਜ ਕੱਲ੍ਹ ਸਾਰੀਆਂ ਜਿੰਨੀਆਂ ਵੀ ਜਨਾਨੀਆਂ, ਜੇ ਕਿਸੇ ਦਾ ਜਵਾਕ ਬਾਹਰ ਜਾ ਕੇ ਕੁਛ ਕਾਮਯਾਬ ਹੋ ਜਾਏ ਤੇ ਉਹਦੇ 'ਚ ਇਹ ਕੀ ਚੀਜ਼ ਹੈ ਕਿ ਹਾਂ ਵੀ ਆਪਾਂ ਪਾਸਪੋਰਟ ਹੀ ਪਾੜ ਦੇ ਚੱਕ ਕੇ। ਜੇ ਬੰਦਾ ਜੇ ਬਾਹਰ ਜਾਊਗਾ ਕਮਾਊਗਾ ਫਿਰ ਹੀ ਤਾਂ ਘਰ ਬਾਰ ਬਣਾਊਗਾ। ਜੇ ਆਪਾਂ ਇੱਥੇ ਰਵਾਂਗੇ, ਸਭ ਤੋਂ ਜ਼ਿਆਦਾ ਨਸ਼ਾ ਇਸ ਟਾਈਮ ਆਪਣੇ ਫਿਰੋਜ਼ਪੁਰ 'ਚ ਹੈ, ਇਸ ਤੋਂ ਵੱਧ ਨਸ਼ਾ ਕਿਤੇ ਨਹੀਂ ਹੈ। ਕਤਲ, ਨਸ਼ਾ, ਚੋਰੀਆਂ, ਡਕੈਤੀਆਂ ਫਿਰੋਜ਼ਪੁਰ ਦੇ ਵਿੱਚ ਹੈ। ਤੇ ਜੇ ਇੱਥੇ ਰਵਾਂਗੇ ਤੇ ਇੱਥੇ ਵਰਗੇ ਬਣਾਂਗੇ। ਤੇ ਜੇ ਅਸੀਂ ਮਾੜਾ ਚੰਗਾ ਕੰਮ ਤੋਂ ਦੂਰ ਹੁੰਦੇ ਆ, ਬਾਹਰ ਜਾਂਦੇ ਹਾਂ, ਤੇ ਫਿਰ ਜਨਾਨੀਆਂ ਨਹੀਂ ਬਾਹਰ ਜਾਣ ਦਿੰਦੀਆਂ, ਫਿਰ ਘਰ ਦੇ ਨਹੀਂ ਬਾਹਰ ਜਾਣ ਦਿੰਦੇ। ਤੇ ਤੁਸੀਂ ਇਹ ਦੱਸੋ ਜੀ ਕਿ ਫਿਰ ਬੰਦਾ ਕਰੇ ਨਾ ਕਰੇ ਕੀ ਕਰੇ? ਬੰਦਾ ਚਿੱਟਾ ਵਿੱਚ ਚੋਰੀ ਕਰੇ, ਕਤਲ ਕਰੇ, ਇਹ ਕੰਮ ਚਾਹੁੰਦੀਆਂ ਜਨਾਨੀਆਂ? ਇਹ ਕਰੇ ਕਿ ਬੁੜੀ ਰੱਖੇ ਕੋਈ ਹੋਰ ਦੁਖੀ ਹੋ ਕੇ ਜਨਾਨੀ ਤੋਂ? ਦੇਖੋ ਜੀ, ਇਹ ਬਣਦੀ ਕਾਰਵਾਈ ਹੈ, ਦਰਖਾਸਤ ਦਿੱਤੀ ਕੱਲਾ ਥਾਣੇ ਦੇ ਵਿੱਚ। ਆ ਬਣਦੀ ਕਾਰਵਾਈ ਹਰ ਹਾਲਤ 'ਚ ਕਰਵਾਵਾਂਗੇ ਜਿਹੜਾ ਪਾਸਪੋਰਟ ਪਾ ਰਿਹਾ, ਕਿਉਂਕਿ ਅੱਜ ਜੇ ਪਾਸਪੋਰਟ ਪਾ ਰਿਹਾ ਕੱਲ੍ਹ ਨੂੰ ਹੋਰ ਡਾਕੂਮੈਂਟ ਬਹੁਤ ਸਾਰੇ ਹੈ, ਹੋਰ ਵੀ ਪਾੜ ਸਕਦੇ ਆਪਾਂ। ਤੇ ਜੇ ਆਪਾਂ ਅੱਜ ਪਾਸਪੋਰਟ ਪਾ ਰਿਹਾ ਤੇ ਬਣਦੀ ਕਾਰਵਾਈ ਤਾਂ ਪਾਸਪੋਰਟ ਦੇ ਉੱਤੇ ਹੋਣੀ ਚਾਹੀਦੀ ਹੈ। ਤੇ ਜਿਹੜਾ 4 ਲੱਖ ਲੱਗਿਆ ਉਹ ਤਾਂ ਮਿੱਟੀ ਹੋ ਗਿਆ, ਕਿਉਂਕਿ ਜਿਹੜੀ ਮੋਹਰ, ਜਿਹੜੀ ਸਟੰਪ ਇੱਕ ਵਾਰੀ ਲੱਗ ਗਈ ਪਾਸਪੋਰਟ ਦੇ ਉੱਤੇ, ਉਹ ਦੁਬਾਰਾ ਨਹੀਂ ਲੱਗ ਸਕਦੀ। ਹੁਣ ਇਹਨੇ ਦੁਬਈ ਤੋਂ ਆਇਆ ਸੀ, 26 ਤਰੀਕ ਨੂੰ ਆਇਆ ਸੀ ਆਵਲੀ 26 ਤਰੀਕ ਨੂੰ, ਤੇ ਨਿਊਜ਼ੀਲੈਂਡ 10ਵੇਂ ਮਹੀਨੇ ਦੀ 2 ਤਰੀਕ ਨੂੰ ਇਹਨੇ ਜਾਣਾ ਸੀ ਤੇ ਵੀਜ਼ਾ ਲੱਗਿਆ ਹੋਇਆ ਸੀ, ਤੇ ਚੱਕ ਕੇ ਆ ਪਾੜਤਾ ਜੀ ਪਾਸਪੋਰਟ। ਹੁਣ ਜਿਹੜਾ ਆਂਦਾ ਹਰਜਾਨਾ ਉਹ ਕੌਣ ਭਰੂਗਾ? ਇਹਨੇ ਤਾਂ ਲਾਤੇ ਚੱਕ ਚੁੱਕ ਕੇ ਲੋਕਾਂ ਤੋਂ ਮੰਗ ਕੇ ਕਿ ਮੈਂ ਬਾਹਰ ਜਾ ਕੇ ਇਸ ਆਸ 'ਚ ਕਿ ਮੈਂ ਬਾਹਰ ਜਾ ਕੇ ਲਾ ਦਾਂਗਾ। ਤੇ ਜੇ ਹੁਣ ਉਹ ਬਾਹਰ ਹੀ ਨਾ ਜਾਏਗਾ ਤੇ ਜਿਹੜੇ ਮੰਗਣ ਵਾਲੇ ਜਿਹਨਾਂ ਤੋਂ ਮੰਗੇ ਪਏ ਉਹ ਤਾਂ ਫਿਰ ਇਹਦੇ ਘਰ ਤੋੜ ਦੇਣਗੇ ਜਿਹਨਾਂ ਦਾ ਇਹਨੇ ਕਰਜ਼ਾ ਦੇਣਾ, ਇਹ ਕੀ ਕਰੂਗਾ? ਫਿਰ ਇਹਦੇ ਤੋਂ ਸੁਸਾਇਡ ਤੋਂ ਇਲਾਵਾ ਤਾਂ ਕੁਛ ਨਹੀਂ ਹੈਗਾ। ਫਿਰ ਜਾਂ ਤਾਂ ਮਰੂਗਾ ਜਾਂ ਕੁਛ ਖਾਊਗਾ, ਜਾਂ ਫਿਰ ਚੋਰੀਆਂ ਚਕਾਰੀਆਂ ਕਰੂਗਾ, ਜਾਂ ਫਿਰ ਚਿੱਟਾ ਵੇਚੂਗਾ ਜਿਹਦੇ ਕਰਕੇ ਜਲਦੀ ਪੈਸਾ ਆਏ ਤੇ ਪੈਸਾ ਪੂਰਾ ਕਰਕੇ ਜਿਹਦੇ ਤੋਂ ਫੜਿਆ ਉਹਨੂੰ ਦਿੱਤਾ ਜਾਵੇ। ਹੁਣ ਮੰਗ ਇਹੀ ਹੈ ਜੀ ਇਹਦੇ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ, ਕਿਉਂਕਿ ਇਹ ਪਾਸਪੋਰਟ ਜਿਹੜਾ ਹੈਗਾ ਸਰਕਾਰੀ ਪ੍ਰੋਪਰਟੀ ਹੈ ਤੇ ਸਰਕਾਰੀ ਪ੍ਰੋਪਰਟੀ ਨੂੰ ਕੋਈ ਵੀ ਨਹੀਂ ਪਾੜ ਸਕਦਾ। ਸਭ ਤੋਂ ਵੱਡੀ ਗੱਲ ਹੈ ਜੀ ਜਿਹੜੀ ਇਹ ਮੋਹਰ ਲੱਗੀ ਨਾ ਟਾਈਗਰ ਮੋਹਰ, ਇਹ ਸਰਕਾਰੀ ਮੋਹਰ ਹੈ ਜੀ। ਸਰਕਾਰੀ ਮੋਹਰ ਨੂੰ ਜੇ ਕੋਈ ਐਵੇਂ ਕੋਈ ਵੀ ਪਾੜ ਦੇ ਤੇ ਫਿਰ ਕੱਲ ਨੂੰ ਤਾਂ ਕੋਈ ਵੀ ਪਾੜ ਦੂਗਾ ਪਾਸਪੋਰਟ। ਤੇ ਬੇਨਤੀ ਇਹੀ ਹੈ ਸਰਕਾਰ ਨੂੰ, SHO ਨੂੰ ਵੀ ਇਹੀ ਬੇਨਤੀ, ਕੱਲਾਂ ਵਾਲੇ ਜਿਹਨੂੰ ਉਹਨਾਂ ਨਾਲ ਮੇਰੀ ਗੱਲ ਵੀ ਹੋਈ ਉਹਨਾਂ ਫੋਨ ਤੇ, ਸਾਰੀ ਗੱਲਬਾਤ ਵੀ ਕਰ ਗਿਆ, ਮੁੰਸ਼ੀ ਨਾਲ ਵੀ ਗੱਲ ਹੋਈ ਹੈ ਕਿ ਬਣਦੀ ਕਾਰਵਾਈ ਇਹਦੇ ਤੇ ਕੱਲ ਤੱਕ ਹੋ ਜਾਣੀ ਚਾਹੀਦੀ ਹੈ, ਤੇ ਨਹੀਂ ਤਾਂ ਫਿਰ ਅਸੀਂ ਫਿਰ ਆਪਣਾ ਆਪ ਵਿਖਾਵਾਂਗੇ। ਆ ਮੇਰਾ ਪਾਸਪੋਰਟ ਸੀਗਾ, ਇਦਾਂ ਕਰਕੇ ਮੈਂ 10ਵੇਂ ਆ ਮੇਰਾ ਪਾਸਪੋਰਟ ਸੀਗਾ, ਮੈਂ 10ਵੇਂ ਮਹੀਨੇ ਜਾਣਾ, 2 ਤਰੀਕ ਨੂੰ ਫਲਾਈਟ ਸੀ ਮੇਰੀ, ਤੇ ਇਦਾਂ ਕਰਕੇ ਮੈਂ ਜਾਣਾ ਅਗਲੇ ਮਹੀਨੇ ਜਾਣਾ ਸੀ। ਪਾਸਪੋਰਟ ਸਾਰਾ ਮੇਰਾ ਪਾਸ ਹੈ ਮੇਰੀ ਘਰ ਦੀ ਨੂੰ, ਅਤੇ ਮੈਂ ਅੱਗੇ ਕਿਹਾ ਪ੍ਰਕਾਸ਼ ਥਾਣੇ ਉੱਤੇ ਬੇਨਤੀ ਆ ਕਿ ਮੇਰੀ ਕਾਰਵਾਈ ਹੋਰ ਕੀਤੀ ਜਾਵੇ, ਪਲੀਜ਼ ਮੈਂ ਬਸ ਕਰਦੇ ਹਾਂ ਟੁਕੜਾ ਟੁਕੜਾ ਸਾਰਾ ਪਾਸਪੋਰਟ ਕਰਤਾ, ਇਕੱਲੇ ਕੁਛ ਨਹੀਂ ਰਹਿ ਗਿਆ ਪਾਸਪੋਰਟ ਦਾ, ਨਾ ਹੁਣ ਨਵਾਂ ਬਣਨਾ, ਮੈਂ ਕੁਛ ਵੀ ਨਾ ਲੈ ਸਕਦਾ, ਮੇਰੀ ਕਾਰਵਾਈ ਕੀਤੀ ਜਾਵੇ। 4 ਲੱਖ ਰੁਪਇਆ ਕਿਰਾਇਆ ਸਾਰਾ ਕੁਛ ਸਭ ਡੈਡੀ ਸੇਫ ਤੇ ਦਿੰਦੇ, ਸਾਰਾ ਕੁਛ ਪਾਪ ਕਰਕੇ ਦੁਬਾਰਾ ਬੰਦ ਦੇ ਕਾਰਵਾਈ ਕੀਤੀ ਜਾਵੇ।
ਸਮੇਂ ਦੇ ਨਾਲ ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅਤੇ ਹੁਣ ਜਿਹੜਾ ਸੀਮਟ ਦੀਆਂ ਇੱਟਾਂ ਜਿਹਨਾਂ ਨਾਲ ਆਪਣੇ ਘਰਾਂ ਨੂੰ ਬਣਾਉਣ ਲੱਗੇ। ਲੇਕਿਨ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਇੱਕ NRI ਵੀਰ ਵੱਲੋਂ। ਉਹਨਾਂ ਨੇ ਜਿਹੜਾ ਆ ਦੁਬਈ ਜਾਂ ਸਾਊਦੀ ਅਰਬ ਜਿਹੜੇ ਆ ਇਹ ਬ੍ਰਿਕਸ ਨਾਲ ਘਰ ਬਣਦੇ ਆ ਉੱਥੇ ਬਿਲਡਿੰਗ ਬਣਾਈ ਜਾਂਦੀ ਆ ਉਸੇ ਟੈਕਨੀਕ ਨੂੰ ਨਵਾਂ ਸ਼ਹਿਰ ਦੇ ਰਸੂਲਪੁਰ ਪਿੰਡ ਵਿੱਚ ਉਸ ਟੈਕਨੀਕ ਨੂੰ ਲਿਆਂਦਾ ਗਿਆ ਅਤੇ ਬ੍ਰਿਕਸ ਜਿਹੜੇ ਆ ਇੱਥੇ ਬਲੌਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੀ ਟੈਕਨੋਲੋਜੀ ਅੱਜ ਦੇ ਵਾਤਾਵਰਨ ਦੇ ਅਨੁਕੂਲ ਜਿਹੜੇ ਆ ਬ੍ਰਿਕਸ ਇੱਥੇ ਬਲੌਕ ਤਿਆਰ ਕੀਤੇ ਜਾਂਦੇ ਆ। ਆ ਜਿਹਦੇ ਕੋਲ ਆਪਾਂ ਖੜੇ ਹਾਂ ਇਹਨੂੰ ਅਸੀਂ ਕਹਿੰਦੇ ਹਾਂ ਜੀ 6 ਇੰਚੀ ਬਲੌਕ। ਅੱਛਾ ਜੀ। ਅਤੇ ਇਹਦੀ 9 ਇੰਚ ਲੰਬਾਈ ਇੱਧਰ ਨੂੰ ਜੀ ਅਤੇ 6 ਇੰਚ ਇਹਦੀ ਇੱਧਰ ਨੂੰ ਚੜਾਈ ਆ ਅਤੇ 6 ਇੰਚ ਉਚਾਈ ਆਪਾਂ ਨੂੰ ਲਗਭਗ 3.5-4 ਇੰਟਾਂ ਕਵਰ ਕਰ ਜਾਂਦਾ ਇੱਕ ਬਲੌਕ। ਹਾਂਜੀ। ਅਤੇ ਦੂਜੀ ਇਹਦਾ ਬੈਨੀਫਿਟ ਇਹ ਆ ਕਿ ਜਿਵੇਂ ਕਿ ਹੁਣ ਅੱਜ ਕੱਲ੍ਹ ਆਪਾਂ ਘਰ ਬਣਾ ਰਹੇ ਹਾਂ ਸਲਾਬੇ ਦੀ ਦਿੱਕਤ ਬਹੁਤ ਆ ਰਹੀ ਆ ਸ਼ੋਰੇਜ ਦੀ ਪ੍ਰੋਬਲਮ ਆ ਰਹੀ ਆ ਆਪਾਂ ਜਿੰਨੇ ਮਰਜ਼ੀ ਪੈਸੇ ਲਾਉਂਦੇ ਹਾਂ 2 ਸਾਲ ਬਾਅਦ ਪ੍ਰੋਬਲਮ ਆਉਣੀ ਸ਼ੁਰੂ ਹੋ ਜਾਂਦੀ ਹੈ। ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ ਚਾਹੇ ਆਪਾਂ ਬ੍ਰਿਕਸ ਯੂਜ ਕਰਦੇ ਹਾਂ ਚਾਹੇ ਬਲੌਕ ਯੂਜ ਕਰਦੇ ਹਾਂ ਇਹ 'ਚ ਕੋਈ ਇੱਦਾਂ ਦੀ ਦਿੱਕਤ ਨਹੀਂ ਹੈਗੀ। ਅਤੇ ਦੂਸਰਾ ਇਹ ਆ ਕਿ ਆਪਣਾ ਇਹ 'ਚ ਮਟੀਰੀਅਲ ਸੇਵ ਹੋਊਗਾ ਜਿਵੇਂ ਪੈਸਾ ਸੇਵ ਹੋਊਗਾ ਮਟੀਰੀਅਲ ਸੇਵ ਜਿੱਦਾਂ ਰੇਤਾ ਯੂਜ ਕਰਦੇ ਹਾਂ ਆਪਾਂ ਜਾਂ ਸੀਮਿੰਟ ਯੂਜ ਕਰਦੇ ਹਾਂ ਅਤੇ ਉਹ ਸਾਰਾ ਆਪਣਾ ਸੇਵ ਹੋਊਗਾ।